ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਅੱਜ ਜੀ ਸਾਡਾ ਬਲੌਗ ਬਹੁਤ ਸਪੈਸ਼ਲ ਆ। ਸਵੇਰ ਹੋ ਗਈ ਹੈ ਇੱਥੇ, ਔਰ ਦਾ ਵਿਊ ਸਾਡੇ ਮਾਸਟਰ ਬੈਡਰੂਮ ਤੋਂ ਕਿੰਨਾ ਸੋਹਣਾ ਆ। ਅੰਕਿਤਾ ਚਲ ਗਈ ਹੈ ਸਕੂਲੇ, ਜੋਰਡਨ ਬਾਬੂ ਉੱਠ ਗਏ ਆ, ਹੁਣ ਮੈਂ ਦੇਖਦੀ ਹਾਂ ਉਹਨੂੰ ਕੁਛ ਖਾਣ ਨੂੰ ਦੇਣਾ ਆ। ਪਹਿਲਾਂ ਉਹ ਪਿਆ ਜੋਰਡਨ, ਉਹ ਥੱਲੇ। ਹੋਰ ਸੁਣਾਓ ਜੀ, ਸਭ ਠੀਕ ਠਾਕ ਹੋ? ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਹਾਏ, ਮੇਰਾ ਬੱਚਾ ਪਲੇ ਕਰਦਾ ਹੈ? ਅੱਛਾ ਜੀ, ਹਾਂਜੀ। ਹੁਣ ਮੈਂ ਸਫਾਈ ਕਰਨੀ ਆ, ਥੋੜ੍ਹੀ ਬਹੁਤੀ ਕੱਲ੍ਹ ਕਰ ਲਈ ਸੀਗੀ ਅਤੇ ਥੋੜ੍ਹੀ ਅੱਜ ਕਰਨੀ ਆ। ਅੱਜ ਦਾ ਦਿਨ ਬਹੁਤ ਸਪੈਸ਼ਲ ਆ ਕਿਉਂਕਿ ਅੱਜ ਸਾਡੇ ਡੈਡੀ ਦਾ ਬਰਥਡੇ ਆ, 69th ਬਰਥਡੇ। ਅਸੀਂ ਅੱਜ ਸੈਲੀਬ੍ਰੇਸ਼ਨ ਕਰਨੀ ਹੈ। ਸਾਡੇ ਗੈਸਟ ਵੀ ਆ ਰਹੇ ਆ, ਇੰਗਲੈਂਡ ਤੋਂ ਆ ਰਹੇ ਆ ਸਪੈਸ਼ਲ ਗੈਸਟ, ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਗੇ। ਹਾਲੇ ਅਸੀਂ ਕੁਕਿੰਗ ਕਰਨੀ ਆ, ਮੈਂ ਕਲੀਨਿੰਗ ਮੇਰੀ ਥੋੜ੍ਹੀ ਰਹਿ ਗਈ ਆ, ਉਹ ਕਰੂੰਗੀ। ਜੋਰਡਨ ਮੇਰੇ ਕਾਰਟੂਨ ਲਗਾ ਦੇਵਾਂ ਤਾਂ ਕਿ ਫਿਰ ਹੋਊਗਾ ਨਹੀਂ, ਇਹ ਤਾਂ ਮੈਨੂੰ ਕੁਛ ਕਰਨ ਨਹੀਂ ਦੇਣਾ। ਲਓ ਜੀ, ਜੋਰਡਨ ਕਰ ਗਿਆ ਚੁੱਪ। ਅੱਜ ਮੈਂ ਦੀਦੀ ਨੂੰ ਫੋਨ ਕੀਤਾ ਸੀਗਾ, ਮੈਂ ਕਿਹਾ ਸੀ ਮੈਨੂੰ ਥੋੜ੍ਹੀ ਹੈਲਪ ਚਾਹੀਦੀ ਆ, ਵੀ ਤੁਸੀਂ ਕੁਕਿੰਗ ਵਿੱਚ ਹੈਲਪ ਚਾਹੀਦੀ ਆ ਕਿਉਂਕਿ ਜੋਰਡਨ ਤਾਂ ਕੁਛ ਨਹੀਂ ਕਰਨ ਦਿੰਦਾ ਹੈਗਾ। ਐਵਰੀ ਟਾਈਮ ਜਦੋਂ ਵੀ ਕੁਛ ਕਰਨ ਲੱਗਦੀ ਹਾਂ ਕਹਿੰਦਾ ਮੈਨੂੰ ਚੱਕ ਲਾ ਬਸ, ਹੋਰ ਕੋਈ ਕੰਮ ਨਹੀਂ ਉਹਨੂੰ, ਸਾਰਾ ਦਿਨ ਕਹਿੰਦਾ ਮੈਨੂੰ ਚੱਕ ਕੇ ਫਿਰ। ਉਹਦੇ ਨਾਲ ਫਿਰ ਕੋਈ ਕੰਮ ਨਹੀਂ ਹੁੰਦਾ ਹੈਗਾ, ਥੋੜ੍ਹੀ ਹੈਲਪ ਹੋਊਗੀ ਨਾ ਫਿਰ ਕੰਮ ਛੇਤੀ ਡਨ ਹੋ ਜੂਗਾ। ਦੇਖਦੇ ਹਾਂ, ਹੁਣ ਵੇਟ ਕਰਦੀ ਹਾਂ ਦੀਦੀ ਹੁਣਾਂ ਦੀ ਕਦੋਂ ਆਉਂਦੇ ਆ, ਫਿਰ ਮਿਲਾਉਂਗੀ ਤੁਹਾਨੂੰ ਉਹਦੇ ਨਾਲ ਵੀ। ਹੁਣ ਮੈਂ ਕਰ ਲਵਾਂ ਥੋੜ੍ਹੀ ਸਫਾਈ। ਮਿਲੋ ਮੇਰੇ ਲਿਟਲ ਹੈਲਪਰ ਨੂੰ, ਕਹਿੰਦਾ ਮੈਨੂੰ ਚੱਕ ਕੇ ਕਰ ਸਾਰਾ ਕੰਮ, ਰੋਟੀ ਵੀ ਬਣਾਉਣੀ ਹੈ ਤਾਂ ਵੀ ਕਹਿੰਦਾ ਮੈਨੂੰ ਚੱਕ ਕੇ ਬਣਾ, ਹਰ ਇੱਕ ਚੀਜ਼ ਚੱਕ ਕੇ ਕਰੋ। ਤੁਸੀਂ ਦੱਸੋ ਜੀ ਕਿੱਦਾਂ ਕਰੀਏ ਸਾਰਾ ਕੰਮ, ਇੱਦਾਂ ਹੈ ਹੋ ਸਕਦਾ ਇੱਦਾਂ ਕੰਮ? ਪੁੱਤ ਬੀਬੇ ਪੁੱਤ ਬਣੀ ਦਾ ਨਾ, ਚਲੋ ਤੁਸੀਂ ਟੀ ਵੀ ਦੇਖ ਲਓ। ਹੈਂ, ਇੱਥੇ ਪਾ ਦੇਵਾਂ ਤੈਨੂੰ, ਪੈਣਾ ਇੱਥੇ ਪੈ ਜਾਓ, ਉਹ ਬਲੂਨ ਨਾਲ ਪਲੇ ਕਰ ਲਓ, ਦੇਖ ਲਓ ਲੰਮਾ ਪਾਇਆ ਰੋਣ ਲੱਗ ਪਿਆ, ਕਹਿੰਦਾ ਮੈਨੂੰ ਚੱਕ। ਪੁੱਤ ਇੱਦਾਂ ਕੰਮ ਥੋੜ੍ਹੀ ਹੁੰਦੇ ਹੁੰਦੇ ਆ ਨਾ, ਅੱਜ ਬਲੂਨ ਆ ਲੈ ਲਓ, ਆ ਲੈ ਲਓ। ਚਲੋ ਜੀ, ਤੁਸੀਂ ਕੀ ਕੀਤਾ ਓਏ, ਤੁਸੀਂ ਆਪਣਾ ਜਿੰਮ ਤੋੜ ਦਿੱਤਾ, ਮੈਨੂੰ ਵਾਪਸ ਰੱਖੋ ਪੁੱਤ। ਚਲੋ ਜੀ, ਜੋ ਵੀ ਦੇਖੋ ਮੂੰਹ 'ਚ ਪਾ ਲੈਂਦਾ ਹੈ। ਅਲੇ ਆਪਣੇ ਐਲੀਫੈਂਟ ਨਾਲ ਪਲੇ ਕਰ ਲਾ, ਲਓ ਲਓ ਜੀ, ਮੇਰਾ ਸਫਾਈਆਂ ਦਾ ਕੰਮ ਖਤਮ ਹੋ ਗਿਆ ਆ। ਹੁਣ ਅਸੀਂ ਹੁਣ ਲੱਗੇ ਹਾਂ ਤੜਕਿਆਂ ਵੱਲ, ਸਬਜ਼ੀਆਂ ਵੱਲ, ਤਾਂ ਕਿ ਰੋਟੀ ਪਾਣੀ ਤਿਆਰ ਕਰ ਲਈਏ। ਆ ਜੀ, ਸਾਡਾ ਸਪੈਸ਼ਲ ਪਰਸਨ ਆਇਆ ਹੈਲਪ ਲਈ। ਹੈਲੋ, ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਸਾਡੇ ਲਿਟਲ ਹੈਲਪਰ ਆਏ ਆ ਸਾਡੀਆਂ ਸਬਜ਼ੀਆਂ 'ਚ ਹੈਲਪ ਕਰਨ ਲਈ। ਕੁਕਿੰਗ ਕਰਾਓਗੇ ਥੋੜ੍ਹੀ ਬਹੁਤੀ? ਜੋਰਡਨ ਸੌਂ ਗਿਆ ਆ, ਹਜੇ ਤਾਂ ਅਸੀਂ ਚਾਹ ਪਾਣੀ ਪੀ ਕੇ ਹਟੇ ਹਾਂ। ਚਾਹ ਵੀ ਪੀਣੀ ਜ਼ਰੂਰੀ ਹੈ, ਪਹਿਲਾਂ ਕੰਮ ਕਰਨ ਤੋਂ ਪਹਿਲਾਂ ਐਨਰਜੀ ਮਿਲ ਜਾਂਦੀ ਹੈ। ਦਹੀਂ ਪਿਆ ਆ, ਅਸੀਂ ਖੱਟਾ ਬਣਾਉਣਾ ਆ। ਦੀਦੀ ਖੱਟਾ ਬਣਾਓਗੇ? ਆਪਾਂ ਸੈਲਡ 'ਚ ਕੀ ਕੱਟਣਾ ਜੀ? ਇੱਥੇ ਖੀਰੇ ਆ, ਮੂਲੀਆਂ ਅਤੇ ਟਮਾਟਰ। ਅੱਛਾ ਠੀਕ ਆ। ਇੱਧਰ ਜੀ ਸਾਡੀ ਸਬਜ਼ੀ ਵੀ ਬਣ ਰਹੀ ਆ, ਤੜਕਾ ਲੱਗ ਰਿਹਾ, ਦਾਲ ਵੀ ਰੱਖ ਦਿੱਤੀ ਆ। ਅਸੀਂ ਪਨੀਰ ਦੀ ਭੁਰਜੀ ਲਈ ਤੜਕਾ ਤਿਆਰ ਕਰਦੇ ਹਾਂ। ਆਹ ਦਾਲ ਰੱਖੀ ਆ, ਮਾਂਹਾਂ ਦੀ ਦਾਲ, ਥੋੜ੍ਹਾ ਖਲਾਰਾ ਪਿਆ ਹੋਇਆ, ਤੁਹਾਨੂੰ ਪਤਾ ਹੀ ਜਦੋਂ ਪ੍ਰਾਹੁਣੇ ਨੇ ਆਉਣਾ ਹੋਵੇ ਤਾਂ ਕੁਕਿੰਗ ਵੇਲੇ ਇੱਦਾਂ ਹੀ ਹੁੰਦਾ। ਅਸੀਂ ਭਿੰਡੀਆਂ ਬਣਾਉਣੀਆਂ ਆ, ਆਹ ਪਨੀਰ, ਅਸੀਂ ਪਨੀਰ ਘਰ ਹੀ ਕੱਢਿਆ ਸੀਗਾ ਕਿਉਂਕਿ ਜਿਹੜਾ ਪਨੀਰ ਘਰ ਕੱਢਦੇ ਉਹਦੀ ਭੁਰਜੀ ਬਹੁਤ ਸਵਾਦ ਬਣਦੀ ਹੈ। ਆ ਭਿੰਡੀਆਂ, ਜੋਰਡਨ ਸੌਂ ਦੇ ਨਾਲ ਕਾਫੀ ਕੰਮ ਖਤਮ ਹੋ ਜਾਣਾ।
और जी साडा सैलड भी तैयार हो गया आ, खट्टा भी साडी भुर्जी भी रेडी हो चली है आलमोस्ट, हम असं भिंडियां तड़का लाना है। बच्चे ना बहुत औखा होंगा, एक बार बच्चे कुछ नहीं कर रहे। बच्चा तो फिर अजीब ही नहीं लगता, बच्चे घर ना हो भी सुना सुना लगता है। थोड़ा सौखा हो जाता है। बिजी रखना पैंदा है, जो मैं बिजी नहीं रख दिता है रोन लग पैंदा कि मैं चक हाँ जी हाँ जी राजा कहते रोंदा कहते राजा रोंदा तुम दसदा बैठा टिड्डू है ना देखो यार ना गल्ला करती रहे ना बहुत लो जी मेरा खाना हो गया तैयार, प्रौने का भी आने का टाइम हो चला है, 4 बज गए शाम के। इधर मैं चाह रख ली सी, मैं कहा चल चाह बन जाए प्रौने के आने तक, फिर सीधे बैठ के चाह पानी पी के गल्ला मारोंगे, क्योंकि जे एक पासे काम ते लगे रही फिर बैठ नहीं हुंदा प्रौणिया कोल। ते मेरी सब्जियां सारियां तैयार है, आज मैं तुहानू दिखा दिंदी हां मैं की बनाया। मैं बनाईयां भिंडियां, मसाले वाली भिंडी, आ हैगी दाल मखनी, देखण नू तो बहुत वधिया लगदी है, बाकी प्रौणे खा के दसूगे किदां दी बनी। आ हैगा पनीर मटर पा के, आ साग, आ चटनी बनाई है इमली की चटनी घर बनाई है स्पैशल पकौड़े खाण नू। इधर मैं दिखाती हूँ चाह दे नाल मैं की रेडी किया, आ मैं बनाए है समोसे स्प्रिंग रोल ते पनीर के पकौड़े। आ मैं वार्म अप ऑन किया ताकि गर्म रहूगे पकौड़े ते समोसे, ताकि जो भी परौने आओगे असीं सीधा सर्व कर दूंगे, सानू स्पैशल कितने गर्म करने की लोड़ नहीं हैगी। तो जी साडे परौने आ गए हुण, गेस्ट आ गए हुण तुहानू मिलांदे आ साडे परौणे दे नाल, स्पेशल इंग्लैंड तो आए है साडे मासी जी है, इधर आ जी स्पेशल गेस्ट आ इंग्लैंड तो आए है, आ साडे मम्मी जी ते आ मेरी दीदी इहनू ते हाँ जी इन्हां नूं तुसीं सवेरे मिल लिया सी, तुहानू किदां दा लगा अमेरिका पहला तुसीं इह दसो। नहीं कोई नहीं संगण दी लोड़ नहीं, अपने घर बैठे हाँ। आ जी साडी दीप्ति आ, हेलो, आ साडा जॉर्डन ने तो तुसी जानदे ही आ, अंकिता अंकिता आए कर दो पुत, हाँ जी ओ दीप्ति दुआले लगी है जदों भी आंदी है ना, ओ एशली रह गई सॉरी उन्हें गुस्से हो जाना नहीं तो, आ साडी एशली है हाय कर दो, तू केक खाना है एशली,
अंकिता तो लगी दीप्ती उपर जोड़न चल गया अपने डैडी को साडे मास्टर जी आ साडे भाजी आ दीदी होना दे हसबेंड आ साडे डैडी जी आ मास्टर जी उन्होंने तो डैडी जी उन्होंने बर्थडे सेम डे का आ हुण अज असीं इन्हां दा बर्थडे सैलीब्रेट करना आ हाँ जी होर की असीं सवेर दा खाना तैयार करदे सी तुसीं तां लेट ही बहु आए अच्छा अच्छा ठीक हाँ ता ही लेट हो गए ना तुसी चलो हाँ अच्छा जी फिर तो तुसी खा पी के आए हैं थोड़ा खा के आना सी असी भी तैयार किया खाना अच्छा जी ठीक है जी ए आ जी मासी जी है साडे मेरे ननान दे सस आ मेरे ननान आ इन्हें तो सवेरे मिले सीगे ये मेरी हेल्प करन आए सीगे हेल्प हुल्प करके चल गए हुण तैयार तैयार हो के आए हाँ इन्हें एमरजेंसी च जाना पिया बाकी कोई नहीं असीं हुण चाह पानी पी लईए फिर तां नाल गलबात करदे आं तू कित्थे चली तू तो हले आई आ ओके जी बाय बाय केक नहीं फिर मिलना तो बाय बाय करता अच्छा बारबी कल्ली कित्थे जाओगी अच्छा बाय बाय बहुत गल्ला कर दिया हमेशा ही इन टॉयज दे नाल गल्ला कर दी रहन्दी है दिप कुछ लेना पता दिप तू की कहंदी सी मेरे ब्लॉग बारे पहला चल तू समोसा खा ला तू भी खा ला कुछ केक खाना है ठहर के मिलना ओके दीपी ने ब्लॉक कर लिया साडे परौने चाह पींदे आ हुण A few moments later. We are going to count three, okay? One. And you can cut the cake. Okay, ready? Birthday to you. Happy birthday to you. Happy birthday, dear grandma. Happy birthday to you. Cut the cake. Yay! दादियां ने भी हाथ लगा लो हाथ लगा लो ओदे खड़े आ डैडी पानी चलो चाच ओए हमें थालियां एक्स्ट्रा रखी हैं जिससे लड़ियां हुई हैं थैंक यू आ जाओ जी नहीं उसे खाई चलो है दबा के लोड़े फूड किदां दा दीपे मासी खाना किदां दा अच्छा थैंक यू जी सारे परौने हुण डिनर करदे आ आप परौने गुस्से होके बैठे आ कल्ले कहंदे असी सारे दे विच बैठ के रोटी खानी हैगी खाना बहुत वधिया इस करके असी एक पासे होके खा रहे आ थैंक यू जी थैंक यू सारा कुछ असी घरे बनाया आ साग भी असी घरे बनाया सी इधर सा मेरे पेक्या तो आया मासी तानू किदां दा लगा साग अच्छा थैंक यू चलो जी इंजॉय करो एक्चुअली तू नहीं खानी रोटी मम्मी दित्ती आ एशली
ਤੁਸੀਂ ਕੀ ਖਾਂਦੇ ਆ? ਐਸ਼ਲੀ ਰਾਈਸ ਖਾ ਰਹੀ ਹੈ। ਮੈਨੂੰ ਵੀ ਦੇ ਦੋ। ਓ ਆਈ ਲਾਈਕ ਯੂਰ ਨੇਲਸ। ਕਦੋਂ ਫਿਕਸ ਕੀਤੇ? ਹੈ? ਦਿਖਾਈ ਨੇਲਸ ਆਪਣੇ। ਨੇਲਸ ਧਾਰੋ ਮਾਮੀ ਜੀ ਨੂੰ। ਹੁਣ ਤਾਂ ਦੋ ਹੀ ਰਹਿ ਗਏ। ਅੱਛਾ ਮੈਨੂੰ ਤਾਂ ਲੱਗਾ ਨੇਲਸ ਆ। ਅੰਕਿਤਾ ਕੋਠੇ ਤੇ ਬੈਠੀ ਖਾਂਦੀ ਆ। ਉਹ ਕਹਿੰਦੀ ਮੈਂ ਥੱਲੇ ਆਉਣਾ ਹੈਗਾ, ਉਹ ਟੀਵੀ ਦੇਖਦੀ ਸੀਗੀ। ਜੋਰਡਨ ਬਾਬੂ ਸੌਂ ਗਿਆ ਆ। ਅਸੀਂ ਕਿਹਾ ਚਲੋ ਸੁੱਤਾ ਰਵੇ, ਹੁਣ ਉਹਦੇ ਸੁੱਤੇ ਸੁੱਤੇ ਸਾਰਾ ਕੰਮ ਖਤਮ ਕਰ ਲੈਂਦੇ ਆ। ਤੂੰ ਗੱਡੀ ਚ ਇੱਥੇ ਬੈਜਾ। ਹਾਂਜੀ ਜੀ, ਸਾਡੇ ਪ੍ਰਾਹੁਣੇ ਚੱਲ ਗਏ ਆ ਹੁਣ। ਅੱਜ ਦਾ ਦਿਨ ਬਹੁਤ ਵਧੀਆ ਸੀ, ਬਿਜ਼ੀ ਰਿਹਾ ਕਾਫੀ, ਖਾਣਾ ਵੀ ਵਧੀਆ ਸੀਗਾ ਬਣਿਆ, ਕਾਫੀ ਸਾਡੇ ਪ੍ਰਾਹੁਣਿਆਂ ਨੇ ਪਸੰਦ ਕੀਤਾ। ਜੋਰਡਨ ਵੀ ਬਹੁਤ ਜ਼ਿਆਦਾ ਥੱਕਾ ਪਿਆ ਆ, ਹੁਣ ਮੈਨੂੰ ਸਲਾਹੂੰਗੀ। ਅੱਜ ਦੇ ਲਈ ਇੰਨਾ ਹੀ, ਅਸੀਂ ਇੱਥੇ ਆਪਣਾ ਬਲੌਗ ਅੱਜ ਸਮਾਪਤ ਕਰਦੇ ਹਾਂ। ਥੈਂਕ ਯੂ ਸਾਡਾ ਵੀਡੀਓਜ਼ ਦੇਖਣ ਦੇ ਲਈ, ਲਾਈਕ ਕਰਨ ਦੇ ਲਈ ਪਲੀਜ਼, ਨਾਲੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਹੈ ਨਾ ਜੋਰਡਨ? ਤੁਸੀਂ ਵੀ ਕਹੋ। ਥੈਂਕ ਯੂ ਜੀ, ਬਾਏ।